ਹੈਲੋ ਨਮਸਤੇ, ਮੈਂ ਅੰਕੁਸ਼ ਕੁਮਾਰ ਅਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ GDM ਸਟੂਡੀਓ ਦੇ ਯੂਟਿਊਬ ਚੈਨਲ, ਫੇਸਬੁੱਕ ਔਰ ਇੰਸਟਾਗ੍ਰਾਮ ਪਰ। ਦੋਸਤੋ, ਇੱਕ ਅਪਡੇਟ ਜਿਹੜੀ ਹੈ ਮੈਂ ਤੁਹਾਡੇ ਸਾਰੇ ਕਰਨਾ ਫਿਰ ਸਾਂਝੀ ਲੱਗਾ ਕਰਨ। ਰੱਜਿਆਂ ਨਾ ਸੌਂਗ ਸਾਡਾ 5 ਦਸੰਬਰ ਹੀ ਰਿਲੀਜ਼ ਹੋ ਵਾਲਾ GDM ਸਟੂਡੀਓ ਦੇ ਓਫਿਸ਼ੀਅਲ ਯੂਟਿਊਬ ਚੈਨਲ ਉੱਪਰ, ਅਤੇ ਬਾਕੀ ਅਪਡੇਟਸ ਮੈਂ ਹਰ ਇੱਕ ਪੇਜ ਉੱਪਰ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗਾ। ਮੈਂ ਚਾਹੁੰਦਾ ਕਿ ਇੱਕ ਕਨੈਕਸ਼ਨ ਬਣਿਆ ਰਹੋ ਹੈ, ਕਿਉਂਕਿ ਕਾਫੀ ਦੇਰ ਹੋਈ GDM ਸਟੂਡੀਓ ਪਰ ਜਿਹੜੇ ਕੰਟੈਂਟ ਦੀ ਬੜੀ ਦੇਰੀ ਹੋ ਵਧੀ ਸੀ। ਉਹਦਾ ਰੀਜ਼ਨ ਇਹ ਆ ਕਿ ਅਸ ਗਾਣੇ ਜਿਹੜੇ ਮੇਕ ਕਰਾ ਦੇ, ਯਾਨੀ ਕਿ ਮਿਊਜ਼ਿਕ ਮੇਕਿੰਗ ਔਰ ਫਿਲਮ ਪ੍ਰੋਡਕਸ਼ਨ ਦਾ ਕੰਮ ਜਿਹੜਾ ਸਾਡਾ ਚੱਲਦਾ ਹਾਂ। ਦੈਟਸ ਵਾਈ 1 ਸਾਲ ਦਾ ਗੈਪ ਆਲਮੋਸਟ ਪਈ ਆ, ਤਾਂ ਸਕਦੇ ਕਿ ਨਹੀਂ ਗਾਣਾ ਜਿਹੜਾ ਯੂਨੀਕ ਜਿਹਾ ਹੋਣਾ, ਅਸ ਤੁਹਾਨੂੰ ਤੁਹਾਡੇ ਅੱਗੇ ਪੇਸ਼ ਕਰਨਾ। ਅਤੇ ਇੱਕ ਮੋਟੀਵੇਸ਼ਨਲ ਡੋਗਰੀ ਸੌਂਗ ਹੈ, ਉਹਦਾ ਜਿਹੜਾ ਪੋਸਟਰ ਹੈ ਉਹ ਤੁਸੀਂ ਦੇਖੀ ਲਿਆਉਣਾ। ਇਸ ਲਈ ਮੈਂ GDM ਦੇ ਆਫਿਸ ਦੇ ਵਿੱਚੋਂ ਹੀ ਤੁਹਾਡੇ ਸਾਰੇ ਕੰਨੇ ਗੱਲ ਕਰਨ ਦੀ ਕੋਸ਼ਿਸ਼ ਕਰਨਾ। ਇਹ ਪੋਸਟਰ ਹੈ, ਇਹਦੀ ਲੁੱਕ ਤੁਸੀਂ ਦੇਖੀ ਸਕਦੇ ਹੋ। ਰੱਜਿਆ ਨਾ GDM ਸਟੂਡੀਓ ਪ੍ਰੈਜੈਂਟਸ ਰੱਜਿਆ ਨਾ ਬਾਈ ਅੰਕੁਸ਼ ਕੁਮਾਰ। ਬਾਕੀ ਡਿਟੇਲਸ ਜਿਵੇਂ ਕਿ ਡੋਗਰੀ ਸੌਂਗ 5 ਦਸੰਬਰ ਇਹਦੀ ਰਿਲੀਜ਼ ਡੇਟ ਹੈ। ਬਾਕੀ ਅਗਰ ਡਿਟੇਲਸ ਦੀ ਗੱਲ ਕਰਾਂ, ਇਹਦੇ ਵਿੱਚ ਲਿਰਿਕਸ ਗੋਰਾ ਸਾਂਬੇ ਵਾਲੇ ਦੇ ਨੇ, ਮਿਊਜ਼ਿਕ ਐਲੀ ਮਿਊਜ਼ਿਕ ਦਾ, ਵੀਡੀਓ ਪ੍ਰੋਡਕਸ਼ਨ AKF ਪ੍ਰੋਡਕਸ਼ਨ, ਐਡੀਟਿੰਗ ਔਰ CC ਜਿਹੜੀ ਕਲਰਿੰਗ ਹੈ ਵੀਡੀਓ ਦੀ ਉਹ ਕੀਤੀ IM ਐਡੀਟਰ ਨੇ। ਪੋਸਟ ਪ੍ਰੋਡਕਸ਼ਨ ਦਾ ਕੰਮ ਹੈ ਜਿਹੜਾ ਹਿਮ ਗ੍ਰਾਫਿਕਸ, ਯਾਨੀ ਕਿ ਰੋਹਿਤ ਦੀਮਾਨ, ਕਾਫੀ ਅੱਛਾ ਕੰਮ। ਟੀਮ ਦੇ ਹਰ ਇੱਕ ਮੈਂਬਰ ਨੇ ਬੜੀ ਸੰਜੀਦਗੀ ਕਰਨਾ ਜਿਹੜਾ ਇਹਦੇ ਵਿੱਚ ਕੰਮ ਕੀਤੇ ਦਾ। ਔਰ ਦਾ ਅੰਕੁਸ਼ ਕੁਮਾਰ ਫਿਲਮ ਯਾਨੀ ਮੇਰੀ ਆਪਣੀ ਪ੍ਰੋਡਕਸ਼ਨ ਦੇ ਥਰੂ ਇਹਦੀ ਜਿਹੜੀ ਰਿਲੀਜ਼ਿੰਗ ਹੋ ਰਹੀ ਹੈ। ਗੱਲ ਕਰਾਂਗੇ ਡਿਜੀਟਲ ਡਿਸਟ੍ਰੀਬਿਊਸ਼ਨ ਅੰਬਾਲਾ ਪ੍ਰੋਡਕਸ਼ਨ ਕਰਾ ਦੀ, ਇਹਦੇ ਵਿੱਚ ਤੁਹਾਡਾ ਸਾਰਿਆਂ ਦਾ ਪਿਆਰ ਚਾਹੀਦਾ। ਫਿਰ ਇੱਕ ਵਾਰੀ ਮੈਂ ਚਾਹੁੰਦਾ ਕਿ ਡੋਗਰੀ ਗਾਣੇ ਦੀ ਥੋੜ੍ਹਾ ਬੂਸਟ ਅਪ ਔਰ ਮਿਲਿਆ। ਔਰ ਇਸ ਗਾਣਾ ਬਣਾਉਣ ਦਾ ਮੋਟਿਵ ਜਿਹੜਾ ਇਹ ਹਾਂ, ਉਹ ਤੁਸੀਂ ਕਿ ਸਟੋਰੀ ਦੇਖਣੇ ਪਰ ਆਈਡੀਆ ਹੋਈ ਜਾਣਾ, ਇੱਕ ਮੋਟੀਵੇਸ਼ਨ ਲੈ ਕਿਵੇਂ ਮੈਂ ਇਹਦੇ ਬਾਰੇ 'ਚ ਕੁਛ ਦੇਣੇ ਦਾ ਤੁਹਾਨੂੰ ਤੁਹਾਡੇ ਸਾਰੇ ਗਾਣੇ ਸਾਂਝੀ ਕਰਾਉਣਾ ਗੱਲ, ਕਿ ਇਹ ਮੋਟੀਵੇਸ਼ਨਲ ਸੌਂਗ ਹੈ। ਕਿਸੇ ਬੰਦੇ ਕੀ ਕੁਛ ਲੋਸਟ ਹੋਣੇ ਪਰ ਉਸੀ ਕਿਵੇਂ ਮਤਲਬ ਫਿਲ ਅਪ ਕਰਨਾ, ਉਹ ਮੋਟੀਵੇਸ਼ਨ ਸਟੋਰੀਜ਼ ਗਾਣੇ ਦੇ ਵਿੱਚ ਤੁਹਾਨੂੰ ਦੇਖਣੀ ਮਿਲਣੀ। ਮੈਂ ਚਾਹਾਂਗਾ ਕਿ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਮੇਰੇ ਕੋਲ ਮੀਡੀਆ ਕਵਰੇਜ ਅਗਰ ਹੋਈ ਵਾ, ਮੈਂ ਕੋਸ਼ਿਸ਼ ਕਰਾਂਗਾ ਆਪਣੇ ਜਿੰਨੇ ਵੀ ਕਠੂਆ ਦੇ ਮੀਡੀਆ ਪਾਰਟਨਰਸ ਨੇ ਉਹ ਆਈਏ ਆਪਣਾ ਸਹਿਯੋਗ ਜ਼ਰੂਰ ਦੇਣ ਅਤੇ ਇਸ ਗਾਣੇ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਨ। ਔਰ ਬਾਕੀ ਸਾਰੇ ਜਿੰਨੇ ਵੀ ਵਿਊਅਰਸ ਜਿੰਨੇ ਵੀ ਯੂਜ਼ਰ ਨੇ ਉਹਦੇ ਸਾਰੇ ਅੱਗੇ ਵੀ ਹੱਥ ਜੋੜੀ ਇੱਕ ਰਿਕੁਐਸਟ ਹੈ, ਪਲੀਜ਼ ਇਸ ਗਾਣੇ ਕੀ ਜ਼ਰੂਰ ਸੁਣੋ, ਕਿਉਂਕਿ ਇੱਕ ਮੋਟੀਵੇਸ਼ਨ ਸਟੋਰੀ ਹੈ ਇਹਦੇ ਵਿੱਚ ਔਰ ਤੁਸੀਂ ਸਾਰਿਆਂ ਦੀ ਜ਼ਰੂਰ ਸੁਣਨੀ ਚਾਹੀਦੀ ਔਰ ਅੱਗੇ ਸ਼ੇਅਰ ਵੀ ਕਰਨੀ ਚਾਹੀਦੀ। ਰਿਲੀਜ਼ਿੰਗ ਡੇਟ 5 ਦਸੰਬਰ। ਬਾਕੀ ਹਰ ਇੱਕ ਅਪਡੇਟ ਕਰਨਾ ਮੈਂ GDM ਦੇ ਪੇਜਾਂ ਉੱਪਰ ਤੁਹਾਡੇ ਸਾਰੇ ਕਰਨਾ, ਜ਼ਰੂਰ ਹਰ ਇੱਕ ਚੀਜ਼ ਕੀ ਸ਼ੇਅਰ ਕਰਾਂ ਕਰਗਾ। ਸੋ ਇਹ ਆਪਣਾ ਪਿਆਰ ਬਣਾਏ ਰੱਖਿਓ। ਨਮਸਕਾਰ।